ਬੋਗੀ ਬੱਟ ਸਾਹਿਬ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਕੀ ਤੁਸੀਂ ਕਹਿੰਦੇ ਬੋਗੀ ਬੱਟ ਦਾ ਕਾਰ ਖਾਸ ਹੈ ਕਿਹਦਾ? ਤੀਫੀ ਦਾ। ਗੋਗੀ ਬੱਟ ਸਾਹਿਬ ਇਸ ਟਾਈਮ ਸੁਣਿਆ ਸੀ ਪਿਛਲੇ ਦਿਨ ਕਿ ਗ੍ਰਿਫਤਾਰ ਹੋ ਗਏ। ਕੋਈ ਨੀ, ਗ੍ਰਿਫਤਾਰ ਜੀ ਹੋਏ, ਆਰਾਮ ਨਾਲ ਬੈਠਾ ਹੈ। ਔਰ ਬੈਠਾ ਜਿਹਨਾਂ ਕੋਲ ਹੋਇਆ ਉਹਨਾਂ ਨੂੰ ਪਤਾ ਹਾਨੇ ਜਿਹੜਾ ਪਰਚਾ ਹੋ ਰਿਹਾ ਸੀ ਉਹ ਮੇਰਾ ਹੋ ਰਿਹਾ। ਤੁਹਾਡੇ ਤੇ ਕਿਉਂ ਪਰਚਾ ਹੋਏਗਾ? ਮੇਰੇ ਤੇ ਸਵਾਬ ਦਾ ਕੰਮ ਸਮਝ ਜਾਣਾ ਪਰਚਾ ਕਰਾਉਣਾ। ਗੋਗੀ ਬੱਟ ਸਾਹਿਬ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਕੀ ਤੁਸੀਂ ਕਹਿੰਦੇ ਗੋਗੀ ਬੱਟ ਦਾ ਕਾਰ ਖਾਸ ਹੈ ਕਿਹਦਾ? ਤੀਫੀ ਦਾ। ਗੋਗੀ ਬੱਟ ਨੇ ਸ਼ੂਟਰ ਠਹਿਰਾਉਣੇ ਨੇ, ਗੋਗੀ ਬੱਟ ਨੇ ਅਸਲਾ ਆਪਣੇ ਕੋਲ ਰੱਖਣਾ। ਅਸਲ ਇਹਨਾਂ ਗੜ ਗਿਆ ਗਾਂਧੀ ਸਕੇਅਰ। ਅੱਛਾ, ਗੋਗੀ ਦੇ ਘਰ ਦੇ ਸਾਹਮਣੇ ਆਬਾਦੀ ਹੈ ਨਾ ਗਾਂਧੀ ਸਕੇਅਰ, ਹਾਂਜੀ, ਉੱਥੇ ਅਸਲਾ ਇਹਨਾਂ ਰਖਾਉਣਾ ਹੁੰਦਾ, ਉੱਥੇ ਸ਼ੂਟਰ ਠਹਿਰਾਉਣੇ ਹੁੰਦੇ ਨੇ, ਉੱਥੋਂ ਫਿਰ ਇਹਨਾਂ ਨੇ ਜਿੱਧਰ ਭੇਜਣਾ ਭੇਜਦੇ ਨੇ। ਗੋਗੀ ਔਰ ਇਸ਼ਾਰੇ ਬਾਹਰ ਰੋਟੀ ਵੀ ਨਹੀਂ ਖਾ ਸਕਦਾ। ਹੋਰ ਦੱਸੋ, ਗੋਗੀ ਬੱਟ ਸਾਹਿਬ ਇਸ ਟਾਈਮ ਸੁਣਿਆ ਸੀ ਪਿਛਲੇ ਦਿਨ ਕਿ ਗ੍ਰਿਫਤਾਰ ਹੋ ਗਏ। ਕੋਈ ਨਹੀਂ, ਗ੍ਰਿਫਤਾਰ ਜੀ ਹੋਏ, ਆਰਾਮ ਨਾਲ ਬੈਠਾ ਹੈ। ਔਰ ਬੈਠਾ ਜਿਹਨਾਂ ਕੋਲ ਹੋਇਆ ਉਹਨਾਂ ਨੂੰ ਪਤਾ। ਕਿੱਥੇ ਬੈਠਾ? ਜਿਹਨਾਂ ਨਾ ਮੇਰੇ ਕੋਲ ਨਾ ਲਵਾਓ ਨਾ ਖੁਦਾ ਦੇ ਬੰਦੇ, ਤੁਸੀਂ ਮੁੜ ਕੇ ਮੇਰੀ ਹਿਫਾਜ਼ਤ ਕਰ ਲਓਗੇ? ਨਹੀਂ ਨਹੀਂ, ਮੈਂ ਨਹੀਂ ਚਾਹੁੰਦਾ ਕਿ ਤੁਸੀਂ ਕੋਈ ਨਾ ਲਓ। ਮੈਂ ਤਾਂ ਕਹਿ ਰਿਹਾ ਕਿ ਸਿਰਫ ਨੌਲੇਜ ਇਜ਼ਾਫਾ ਕਰਨਾ ਸੀ ਵੀ ਹੈ ਪਾਕਿਸਤਾਨ 'ਚ ਕਨਫਰਮ ਹੈਗਾ ਅਤੇ ਗ੍ਰਿਫਤਾਰ ਵੀ ਨਹੀਂ ਹੋਇਆ। ਬੈਠਾ ਵੀ ਚੰਗਿਆਂ ਬੰਦਿਆਂ ਕੋਲ ਹੋਇਆ, ਚੰਗੇ ਬੰਦੇ ਕੋਲ ਹੋਇਆ, ਅਤੇ ਬੰਦੇ ਦਾ ਆਪਾਂ ਨਾਂ ਨਹੀਂ ਲੈਣਾ, ਬਾਅਦ 'ਚ ਤੁਹਾਨੂੰ ਵੀ ਪਰੇਸ਼ਾਨੀ ਹੋਣੀ, ਮੈਨੂੰ ਵੀ ਹੋਣੀ ਹੈ। ਚਲੋ ਅਸੀਂ ਕਹਿੰਦੇ ਅੱਛਾ, 1994 'ਚ ਪਹਿਲਾ ਕਤਲ ਹੋਇਆ ਇਹ ਤੁਹਾਡੇ ਬੇਨੋਈ ਦਾ, ਇੰਝ ਗੱਲ ਹੈਗੀ ਇਹ ਤੁਸੀਂ ਇੱਕ ਇੰਟਰਵਿਊ 'ਚ ਦੱਸਿਆ। ਹਾਂਜੀ ਹਾਂਜੀ, 94 'ਚ, 1994 'ਚ। ਦੇਖੋ ਨਾ, ਮੇਰਾ ਕਾਰੋਬਾਰ ਰਾਵੀ ਰੋਡ ਹੈ, ਮੈਂ ਉੱਥੇ ਸਕੂਨ ਨਾਲ ਬੈਠਾ ਹਾਂ, ਵੱਡਾ ਭਾਈ ਪਰਾਂ ਕਾਰੋਬਾਰ ਕਰਦਾ, ਠੀਕ ਹੈ ਜੀ। ਇਹ ਦਰਮਿਆਨ ਚੰਨਾ ਦਾ ਇਹ ਅੱਡਾ ਸੀ, ਅਤੇ ਅਚਾਨਕ ਫੋਨ ਆਉਂਦੇ ਵੱਡੇ ਭਾਈ ਦਾ। ਮੈਂ ਸੋਇਆ ਸਾਂ ਆਪਣੇ ਘਰ, ਅਤੇ ਵੀ ਕਿਸੇ, ਮੈਂ ਕਿਹਾ ਮੈਂ ਸੋਇਆ, ਕਹਿੰਦੇ ਇਸ ਨੇ ਕਤਲ ਹੋ ਗਈ। ਮੈਂ ਕਿਸ ਤਰ੍ਹਾਂ, ਕਿਹਨੇ ਕੀਤਾ? ਕੋਈ ਪਤਾ ਨਹੀਂ ਗਾ। ਉਸ ਕਤਲ ਤੋਂ ਪਹਿਲੇ ਤੁਹਾਡੇ ਤੇ ਕੋਈ ਦੁਸ਼ਮਣਦਾਰੀ ਜਾਂ FIR ਜਾਂ ਕੋਈ ਐਸੇ ਮਾਮਲਾ ਨਹੀਂ ਸੀ? ਬਿਲਕੁਲ ਸਾਫ਼ ਸੀਗਾ, ਲਾਈਫ ਬੜੀ ਅੱਛੀ ਸੀਗੀ। ਉਹ ਪਹਿਲਾ ਕਤਲ ਹੋਇਆ ਤੁਹਾਨੂੰ ਦੱਸਿਆ ਜੀ, ਉਹ ਵੀ ਲੜਕਾ ਅੰਦਰ ਹੀ ਵਹੀਦ ਉਰ ਵਹੀਦੀਆਂ ਜਿਹੜਾ ਟੀਪੂ ਦਾ ਦੋਸਤ ਸੀ। ਹਾਂਜੀ, ਠੀਕ ਹੈ। ਉਹਨੇ ਪੁਲਿਸ ਨੂੰ ਖੁਦ ਬਿਆਨ ਦਿੱਤਾ ਖੁਦ ਕਿ ਜੀ ਇਸ ਤਰ੍ਹਾਂ ਮੇਰਾ ਕਲਾਸ ਵੱਲੋਂ ਹੀ ਸਵੇਲਾ ਟੈਗਰ ਲੜਕਾ ਗਾਂਧੀ ਸਵੇਰ ਦਾ ਉਹ ਆਇਆ, ਸਾਨੂੰ ਹੁਣ ਪਤਾ ਲੱਗਿਆ ਕੋਲ ਕਲਾਸ ਵੱਲੋਂ ਸੀ। ਅੱਛਾ, ਹਾਲਾਂਕਿ ਉਹਨਾਂ ਪੂਰਾ ਖਾਨਦਾਨ ਨਾ ਸਾਡੀ ਸਲਾਮ ਦਾ, ਉਹ ਲੱਗਿਆ ਤੀਫੀ ਕੋਲ ਇਹਨੂੰ ਬੀਜੀਆਂ ਨੂੰ। ਅੱਛਾ, ਤੀਫੀ ਨੇ ਇਹਨੂੰ ਹੱਥ ਫੇਰਿਆ ਕਿ ਆ ਤੂੰ ਤਗੜਾ ਹੋ ਬੰਦੇ, ਮੈਂ ਦੇਣਾ ਅਸਲਾ ਮੇਰਾ ਹੋਏਗਾ ਅਤੇ ਤੂੰ ਇਹ ਕੰਮ ਕਰ ਦੇ ਅਤੇ ਮੁੜ ਕੇ ਰਾਜ ਕਰੇਗਾ ਲਾਹੌਰ 'ਚ, ਪੈਸੇ ਹੀ ਪੈਸਾ ਹੈਗਾ ਤਾਂ ਤੇਰਾ ਨਾਂ ਹੋਏਗਾ। ਉਹ ਗੱਲਾਂ ਹੀ ਛਾ ਗਿਆ, ਉਹਨੇ ਕਤਲ ਕਰਦਾ ਉਹਨੇ ਨਹੀਂ ਜੀ, ਬੰਦੇ ਉਹਨੇ ਦਿੱਤੀ, ਬੰਦੇ ਉਹਨੇ ਭੇਜੇ। ਜਿਹੜੇ ਬੰਦੇ ਕਤਲ ਕੀਤੇ ਸੀ ਉਹ ਬਚ ਗਏ ਸਨ ਜਾਂ ਗ੍ਰਿਫਤਾਰ ਨੇ? ਕੋਈ ਨਹੀਂ ਜੀ, ਉਹ ਬੰਦੇ ਪਹਿਲੇ ਇਸ਼ਤਿਹਾਰੀ ਸਨ, ਉਹਦੇ ਪਹਿਲੇ ਇਸ਼ਤਿਹਾਰੀ ਸਨ। ਇੱਥੇ ਅਭੀਦੀਆਂ ਵੀ ਹੋਣ, ਕੋਈ ਤਕਰੀਬਨ ਕੋਈ 8-10 ਸਾਲ ਕੇ ਕਿੰਨੇ ਸਾਲ ਬਾਹਰ ਰਹਿ ਕੇ ਮਖਰੂ ਆਇਆ ਤੇ ਫਿਰ ਪਕੜਿਆ ਗਿਆ, ਉਹਨੇ ਬਿਆਨ ਦਿੱਤਾ ਸਾਰਾ। ਅੱਛਾ, ਤੁਸੀਂ ਇੱਕ ਆਵਾਮ ਦੀ ਇੱਕ ਜਿਹੜੀ ਨਾ ਲੋਕ ਕਹਿ ਰਹੇ ਨੇ ਕਿ ਅਗਰ ਜਿਵੇਂ ਅਮੀਰ ਮਸਬ ਤੇ ਇਲਜ਼ਾਮ ਲੱਗਾ ਤੇ ਇਹ ਅਗਰ ਪੇਸ਼ ਹੋ ਕੇ ਆਪਣਾ ਕੇਸ ਲੜੇ ਤੇ ਕੀ ਕਹਿੰਦੇ ਤੁਸੀਂ? ਬਿਲਕੁਲ ਪੇਸ਼ ਹੋਏਗਾ ਜੀ, ਉਹ ਵੀ ਹੋਏਗਾ, ਫਤਿਹ ਵੀ ਹੋਏਗਾ, ਕੈਸਰ ਵੀ ਹੋਏਗਾ, ਇਲਜ਼ਾਮ ਲੱਗਿਆ ਆਪਣੇ ਆਪ ਨੂੰ ਕਲੀਅਰ ਕਰਾਂਗੇ ਇਨਸ਼ਾਅੱਲਾ ਤਾਲਾ। ਦੇਖੋ ਨਾ, ਪਹਿਲੇ ਤਾਂ ਗੱਲ ਹੈ ਕਿ ਮਰਨ ਵਾਲੇ ਦੀ ਬੀਵੀ ਕਹਿੰਦੀ ਹੈ ਮੈਨੂੰ ਕੋਈ ਪਤਾ ਨਹੀਂ, ਪਹਿਲਾ ਬਿਆਨ ਉਹ ਲੈਵੇ। ਫਿਰ ਦੂਜਾ ਬਿਆਨ ਆ ਗਿਆ ਕਿ ਜੀ ਫਤਿਹ ਜਿਵੇਂ ਪੜਦੀ ਜਿਹੜੀ ਬੀਵੀ ਹੈ ਤੇ ਤੀਫੀ ਪੜਦੀ ਮਸ਼ੀਰਾ। ਜੀ ਹਾਂ, ਪਹਿਲਾਂ ਉਹਨਾਂ ਨੇ ਬਿਆਨ ਦਿੱਤਾ ਬੀਬੀ ਨੇ ਕਿ ਜੀ ਮੈਨੂੰ ਕੋਈ ਪਤਾ ਨਹੀਂ ਕੌਣ ਸਨ। ਫਿਰ ਉਹਨਾਂ ਨੇ ਕਿਹਾ ਜੀ ਕਿ ਫਤਿਹ ਸੀ ਅਤੇ ਕੈਸਰ ਸੀ ਅਤੇ ਨਾਲ ਦੋ ਬੰਦੇ ਚਲਾਉਣ ਵਾਲੇ ਮੋਟਰ। ਫਿਰ ਉਸ ਤੋਂ ਬਾਅਦ ਹੁਣ ਮੌਸਮ ਦੀ ਵਾਰੀ ਆ ਗਈ, ਹੁਣ ਸ਼ੂਟਰਾਂ ਨੇ ਮੌਸਮ ਦਾ ਨਾਂ ਲਿਆ ਤਾਂ ਨਾਂ ਲਿਆ। ਠੀਕ ਹੈ, ਪਹਿਲੇ ਤਾਂ ਇਹ ਬਿਆਨ ਸੀ ਨਾ ਕਿ ਕੈਸਰ ਬੱਟ ਦੇ, ਫਿਰ ਥਾਣੇ ਜਿਹੜਾ ਪਰਚਾ ਹੋ ਰਿਹਾ ਸੀ ਉਹ ਮੇਰਾ ਹੋ ਰਿਹਾ ਸੀ। ਤੁਹਾਡੇ ਤੇ ਕਿਉਂ ਪਰਚਾ ਹੋਏਗਾ? ਮੇਰੇ ਤੇ ਸਵਾਬ ਦਾ ਕੰਮ ਸਮਝ ਜਾਣਾ ਪਰਚਾ ਕਰਾਉਣਾ।
ਤੁਸੀਂ ਤੇ ਮੈਂ ਸਿੰਨਾ ਜੀ ਪੈਰਵਾਈ ਕਰਦਾ ਰਿਹਾ ਨਾ ਕੇਸ ਦੀ। ਅੱਛਾ ਇਸ ਵਜ੍ਹਾ ਤੋਂ ਦੇ ਕੇਸ ਦੀ। ਅੱਛਾ ਅੱਛਾ ਬਨੋਈ ਦੇ ਕੇਸ ਦੀ। ਅੱਛਾ ਠੀਕ ਹੈ ਜੀ। ਉਹ ਜਿਹੜਾ ਉਹ ਬੇਤਾਬੇ ਨੂੰ ਪਹਿਲਾਂ ਕਤਲ ਹੋਇਆ ਸੀ ਤੁਸੀਂ ਉਹਨਾਂ ਦੀ ਪੈਰਵਾਈ ਸਾਰੀ ਤੁਸੀਂ ਕਰਦੇ? ਹਾਂ ਮੈਂ ਫਿਰ ਟੀਪੂ ਦੇ ਕਤਲ ਦੀ ਮੈਂ ਹੀ ਕਰਦਾ ਰਿਹਾ। ਉਹਨੇ ਮੇਰੇ ਤੇ ਪੰਜ ਪਰਚੇ ਕਰਾਉਣੇ ਕਤਲਾਂ ਦੇ, ਪੰਜ ਦਫ਼ਾ ਪੰਜ ਦਫ਼ਾ। ਅੱਛਾ ਜੀ ਹਾਂ। ਕਿਸੇ ਨੇ ਉੱਥੇ ਨਹੀਂ ਪੁੱਛਿਆ, ਕਿਸੇ ਨੇ ਸਾਡੇ ਨਾਮ ਦਰਜੀ ਆਧਾਰ ਨਹੀਂ ਕੀਤਾ। ਹਾਲਾਂਕਿ ਜੇ ਉਸ ਵੇਲੇ ਜਿਸ ਜਿਸ ਜਗ੍ਹਾ ਦੇ ਪਰਚੇ ਹੋਏ ਸਨ ਜੀ, ਉੱਥੋਂ ਉੱਥੋਂ ਜੀ ਇੰਸਪੈਕਟਰ ਅਗਰ ਜ਼ਿੰਦਾ ਨੇ ਤਾਂ ਉਹਨਾਂ ਨੂੰ ਪੁੱਛ ਲਵੋ ਪਰਚੇ ਕਿਸ ਤਰ੍ਹਾਂ ਹੋਏ ਨੇ ਸਾਡੇ ਕੋਲ। ਉਹ ਕਹਿੰਦਾ ਕਿ ਤੁਹਾਡੇ ਨਾਲ ਦਿਆਤੀ ਜੀ, ਮਗਰ ਅਸੀਂ ਮਜਬੂਰ ਹਾਂ, ਜੋ ਦੇ ਕੇ ਅਸੀਂ ਕਰਨਾ ਪੈਂਦਾ। ਲਾਵਾ ਭਲਵਾਨ ਨਾਲ ਤੁਹਾਡਾ ਕੀ ਤਾਲੁਕ ਜਾਂ ਰਿਸ਼ਤੇਦਾਰੀ ਕੋਈ ਐਸੀ ਦੋਸਤ? ਜੀ ਮੈਂ ਕਹਿੰਦਾ ਅੱਲਾਹ ਤਾਲਾ ਉਹਨੂੰ ਹੋਰ ਜ਼ਿੰਦਗੀ ਦੇਵੇ, ਤੰਦਰੁਸਤੀ ਦੇ, ਖੁਦਾ ਗਵਾ ਜੇ ਮੇਰੀ ਕੋਈ ਸਾਡੀ ਸਲਾਮ ਦੁਆ ਵੀ ਨਹੀਂ ਜੇ ਲਾਵੇ ਸਾਹਿਬ ਨਾਲ ਜੀ। ਅੱਛਾ ਹੁਣ ਮੈਂ ਇੰਟਰਵਿਊ ਦੇਖਿਆ ਸਿਰਫ ਕੀ ਕਿ ਯਾਰ ਉਹ ਹੱਕ ਦੀ ਗੱਲ ਕਰਦੇ ਪਏ ਤੇ ਮੈਨੂੰ ਯਕੀਨ ਕੁਛ ਨਹੀਂ ਲੱਗਿਆ। ਔਰ ਮੈਂ ਬਕਾਇਦਾ ਗਲਤ ਨਹੀਂ ਕਹਿਣਾ, ਮੈਂ ਫੋਨ ਕਰਕੇ ਉਹਨਾਂ ਦਾ ਸਲਾਮ ਵੀ, ਮੈਂ ਕਿਹਾ ਜੀ ਮਿਹਰਬਾਨੀ ਤੁਹਾਡੀ, ਬਸ ਇਸ ਨਹੀਂ ਹੱਕ ਦੀ ਗੱਲ ਕਰਦੇ ਰਹਿਣਾ ਵਾ। ਇਹ ਨਹੀਂ ਕਿ ਸਾਡੀ ਤੁਸੀਂ ਤਰਫਦਾਰੀ ਕਰੋ ਜਾਂ ਨਹੀਂ, ਜਿਹੜੀ ਸੱਚੀ ਗੱਲ ਬਸ ਉਹ ਦੱਸਦੇ ਰਹਿਣ, ਕਿਉਂ ਅੱਜ ਕੱਲ੍ਹ ਸੱਚੀ ਗੱਲ ਘੱਟ ਕੋਈ ਦੱਸਦਾ, ਮਿਰਚ ਮਸਾਲਾ ਲਾ ਕੇ ਜ਼ਰਾ ਗੱਲਾਂ ਜ਼ਿਆਦਾ ਕੀਤੀ। ਬਿਲਕੁਲ ਇਹ ਤੁਹਾਨੂੰ ਪਤਾ ਸੋਚ ਉਹ ਹੈ, ਉਹ ਗੱਲ ਥੋੜ੍ਹੀ ਕਰਦੇ ਨੇ ਮਗਰ ਬੜੀ ਮੁਖਤਸਰ ਜੀ ਸਹੀ ਗੱਲ ਕਰਦੇ ਨੇ। ਹੁਣ ਆਖਰ ਚ ਮੈਂ ਵੇਖਿਆ ਨਹੀਂ ਉਹਨਾਂ ਨੂੰ, ਤੁਹਾਡੀ ਮੁਲਾਕਾਤ ਨਹੀਂ, ਲੇਕਿਨ ਉਹ ਮੈਂ ਉਹਨਾਂ ਦਾ ਇੰਟਰਵਿਊ ਕਰਕੇ ਆਇਆ ਸੀਗਾ, ਉਹ ਤੁਹਾਡੇ ਖਾਨਦਾਨ ਦੇ ਬਾਰੇ ਉਹ ਬੜੀ ਹਮਾਇਤ ਰੱਖਦੇ ਨੇ, ਬੜੀ ਹਮਦਰਦੀ ਰੱਖਦੇ ਨੇ। ਮੇਰਾ ਵੀ ਸਾਡੇ ਖਾਨਦਾਨ ਨੂੰ ਕਿਉਂ ਇਹ ਸਾਰੇ ਜਾਣਦੇ ਨੇ, ਅਸਲ ਸਾਡਾ ਪੇਸ਼ਾ ਪਹਿਲਵਾਨੀ ਹੈ। ਅੱਛਾ ਜੀ ਨਾ, ਹੁਣ ਦੰਗਲ ਲਈ ਤੁਸੀਂ ਜਾਣਾ, ਉੱਥੇ ਹਜ਼ਾਰਾਂ ਦੁਨੀਆ ਤੁਹਾਨੂੰ ਦੇਖ ਰਹੀ ਹੈ, ਅਤੇ ਜਾਣ ਪਛਾਣ ਤਾਂ ਸਾਡੀ ਪੂਰੇ ਪਾਕਿਸਤਾਨ 'ਚ ਹੀ, ਕਿਉਂਕਿ ਮੇਰੇ ਵਾਲਾ ਠੇਕੇਦਾਰੀ ਕਰ ਸਕਦੇ ਦੰਗਲਾਂ ਦੀ, ਸਾਰੇ ਪਾਕਿਸਤਾਨ ਦੇ ਭਲਵਾਨ ਸਾਡੇ ਕੋਲ ਜਾਂਦੇ ਹਨ, ਅੱਲਾਹ ਦੇ ਬੰਦੇ ਹੋ, ਇੱਥੇ ਜਲੂਸ ਨਿਕਲਦੇ ਹਨ, ਸਾਨੂੰ ਕਿਸ ਤਰ੍ਹਾਂ ਨਹੀਂ ਜਾਣਨਾ ਸੀ ਕਿਸੇ ਨੇ। ਹਾਂ ਬਿਲਕੁਲ, ਇਹ ਵਜ੍ਹਾ ਫਿਰ ਸਾਡਾ ਖਾਲਾ ਜਿਹੜਾ ਨਹੀਂ, ਉਹ ਲਾਹੌਰ ਦਾ ਵੱਡਾ ਖਾਲਾ ਸਾਡਾ, ਸਹੀ ਬੋਲੂ ਬਰਾਦਰਾਂ ਨੇ, ਉਹ ਯਾਨੀ ਕਿ ਭਲਵਾਨੀ ਸਾਡੀ ਮੁਖਾਲਫਤ ਹੈ, ਉਹਨੂੰ ਜੇ ਇਤਨਾ ਕੁ ਪਿਆਰ ਸੀ ਸਾਡਾ ਬੋਲੂ ਬਰਾਦਰਾਂ ਨੇ, ਓਹ ਹੋ ਬਹੁਤ ਜ਼ਿਆਦਾ, ਮੈਨੂੰ ਤਾਂ ਉਹ ਜ਼ਬਰਦਸਤੀ ਆਪਣਾ ਬਣਾ ਕੇ ਲੈ ਚ ਲੈਣ, ਮੇਰੇ ਵਾਲਦ ਕੋਲ ਮੰਗ ਲਏ। ਅੱਛਾ ਹਾਂਜੀ, ਬਹੁਤ ਜ਼ਿਆਦਾ ਪਿਆਰ ਸੀ ਸਾਡਾ ਉਹਨਾਂ ਨੂੰ। ਖਾਨਦਾਨੀ ਤੁਸੀਂ ਭਲਵਾਨ ਹੋ ਤਾਂ ਇਹ ਖਾਲਾ ਖਿਲਣਾ ਭਲਵਾਨੀ ਬਸ। ਔਰ ਯਕੀਨ ਕਰਨਾ, ਇਸ ਸਮੇਂ ਇਹਨੇ 94 ਜਿਹੜੀ ਹਰਕਤ ਕੀਤੀ ਨਾ ਜੀ, ਖੁਦਾ ਗਵਾਹ ਜੇ ਸਾਡੇ ਸਮਾਂ ਬੱਚਿਆਂ ਦਾ ਬੇੜਾ ਮੁਸਤਕਬਲ ਬੇੜਾ ਗਰਕ ਹੋ ਗਿਆ। ਅਸੀਂ ਆਪਣੇ ਭਤੀਜੇ ਹਾਂ ਸਾਡੇ, ਉਸ ਉਹਨੂੰ ਭਲਵਾਨੀ ਵੀ ਕਰਾਉਣੇ ਸਨ, ਉਹ ਵੀ ਸਾਰਾ ਨਿਜ਼ਾਮ ਧਰਮ ਬਰਮ ਹੋ ਕੇ ਰਹਿ ਗਿਆ ਸਾਡਾ, ਸਾਡਾ ਸਾਰਾ ਉਹ ਜਿਹੜਾ ਖਾਨਦਾਨੀ ਹੈ ਨਾ ਸਿਲਸਿਲਾ, ਉਹ ਖਤਮ ਹੋ ਗਿਆ। ਜਿਹੜੀ ਦੁਨੀਆ ਹੈ ਨਾ, ਉਹ ਦਿਲੋਂ ਇਹੀ ਦੁਆ ਕਰਦੀ ਕਿ ਇਹਨਾਂ ਦਾ ਕੋਈ ਐਸਾ ਪੈਚਪ ਹੋ ਜਾਵੇ ਕਿ ਇਹ ਬੇਗੁਨਾਹ ਕਤਲ ਹੋਣਾ ਬੰਦ ਹੋ ਜਾਣ। ਦੇਖੋ ਇੱਕ ਜਾਨ ਜਾਂਦੀ ਦੁੱਖ ਹੁੰਦਾ, ਅਮੀਰ ਬਲਾ ਸੋਹਣਾ ਜਵਾਨ ਮੁੰਡਾ ਸੀ, ਤੁਸੀਂ ਆਪੇ ਕਹਿ ਤਾ ਬੇਗੁਨਾਹ ਕਤਲ ਹੋਣਾ ਬੰਦ ਹੋ ਜਾਣ। ਹਾਂਜੀ ਇਹੋ ਹੀ ਅਸੀਂ ਕਹਿੰਦੇ ਹਾਂ, ਉਹਨਾਂ ਦਾ ਜਾਂ ਇਹਨਾਂ ਦਾ, ਜਦ ਜਵੇਦ ਭੱਟ ਕਤਲ ਹੋਇਆ ਅਸੀਂ ਕਹਿੰਦੇ ਉਹ ਵੀ ਬੇਗੁਨਾਹ ਕਤਲ ਹੋਇਆ, ਉਹਦਾ ਦੁਸ਼ਮਣ ਨਾਲ ਕੋਈ ਲੈਣਾ ਦੇਣਾ ਸੀ, ਠੀਕ ਹੈ ਨਾ ਜੀ, ਅਮੀਰ ਬਲਾਜ ਦਾ ਦੁਸ਼ਮਣ ਨਾਲ ਕੋਈ ਲੈਣਾ ਦੇਣਾ ਸੀ। ਅਸੀਂ ਵੀ ਇਹੀ ਕਹਿੰਦੇ ਕਿ ਬੇਗੁਨਾਹ ਕਤਲ ਹੋਣੇ ਬੰਦ ਹੋ ਜਾਣ, ਬੰਦ ਹੋ ਜਾਣ, ਨਹੀਂ ਹੋਣੇ ਚਾਹੀਦੇ। ਜਿਹੜਾ ਅਗਰ ਕਤਲ ਕਰਵਾ ਰਿਹਾ ਕਰਵਾ ਰਿਹਾ ਕਰਵਾ ਰਿਹਾ ਉਹਨੂੰ, ਉਹ ਤੇ ਫਿਰ ਇੱਕ ਨਾ ਇੱਕ ਦਿਨ ਤੇ ਫਿਰ ਉਹਨੇ ਆਣਾ ਹੀ ਹੈ ਨਾ, ਉਹ ਜਿਹੜਾ ਵੀ ਹੈਗਾ ਫਿਰ ਅੱਲਾ ਹੀ ਉਹਨੂੰ ਪਕੜੇਗਾ। ਪਾਕਿਸਤਾਨ ਦੀ ਕੋਈ ਐਸਾ ਮੈਂ ਨਜ਼ਰ ਨਹੀਂ ਆ ਰਿਹਾ ਸਿਲਸਿਲਾ ਕਿ ਉਹਨੂੰ ਕੋਈ ਹੱਥ ਪਵੇ, ਅੱਲਾ ਹੈ, ਅੱਲਾ ਦੀ ਗ੍ਰਿਫਤ ਬੜੀ ਵੱਡੀ ਹੈ। ਹੁਣ ਜਿਹੜੇ ਨਾ ਨਵੀਂ ਜਿਹੜੀ ਪੇਸ਼ ਅਮਲ ਹੋਇਆ ਨਾ, ਨਵੀਆਂ ਟੀਮਾਂ ਬਣ ਰਹੇ ਨੇ, ਉਹਨਾਂ ਨੇ ਕਿਹਾ ਜੀ ਅਸੀਂ ਪੰਜਾਬ 'ਚ ਸਾਰੀ ਬਦਮਾਸ਼ੀ ਖਤਮ ਕਰਦੇ, ਨਵੀਆਂ ਟੀਮਾਂ ਬਣੀਆਂ ਨੇ, ਉਹਨਾਂ ਨੇ ਕਿਹਾ ਜੀ ਜਿਹੜਾ ਕੋਈ ਅਸਲਾ ਉਸਲਾ ਲੈ ਕੇ ਜਿਹੜਾ ਪੰਨੇ ਖਾਵਾਂਗਾ ਨਾ, ਅਸੀਂ ਉਹਨੂੰ ਖਤਮ ਕਰਦੇ। ਦੱਸ ਨੂੰ ਅੱਜ ਜੋ ਸੁਲਾਹ ਹੋ ਜਾਂਦੀ ਕਿ ਮਿਸਾਲ ਹੈ, ਹਾਂਜੀ ਅਸੀਂ ਪਾਗਲ ਹਾਂ ਸੁਲਾਹ ਲਾ ਕੇ ਟੁਰਾਂਗੇ? ਨਹੀਂ, ਜੇ ਤਾਂ ਅੱਲਾ ਕਰੇ ਹੋ ਜੇ ਸੁਲਾਹ ਤਾਂ ਬੜੀ ਅੱਛੀ ਗੱਲ ਹੈਗੀ, ਮਗਰ ਸੁਲਾਹ ਕਿਸ ਤਰ੍ਹਾਂ ਹੋਏਗੀ? ਇੱਕ ਤਾਂ ਇੱਕ ਪਾਰਟੀ ਤੁਸੀਂ ਜ਼ੁਲਮ ਤੇ ਜ਼ੁਲਮ ਕਰਦੇ ਰਹੋ, ਉਹ ਨੁਕਸਾਨ ਤੇ ਨੁਕਸਾਨ ਪਹੁੰਚਾਉਂਦੇ ਰਹੋ, ਅਤੇ ਫਿਰ ਕਹੋ ਜੀ ਚਲੋ ਉੱਠੋ ਸੁਲਾਹ ਕਰ ਲਵੋ,
ਸੁਲਾਹ ਦਾ ਕੋਈ ਤਰੀਕਾ ਹੁੰਦਾ ਕਿ ਨਹੀਂ ਹੁੰਦਾ? ਬਿਲਕੁਲ ਹੁੰਦਾ ਸੁਲਾਹ ਦਾ ਤਰੀਕਾ, ਉਸ ਤਰੀਕੇ ਵੱਲ ਤੇ ਬਿਆਨ ਨਾ।